ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ 'ਚ ਮਿਲੀ ਬੰਪਰ ਜਿੱਤ ਤੋਂ ਬਾਅਦ ਸੁਨੀਲ ਜਾਖੜ ਨੇ ਗੁਰਦਾਸਪੁਰ ਦੀ ਜਨਤਾ ਦਾ ਧੰਨਵਾਦ ਕੀਤਾ ਹੈ। ਜਿੱਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕਾਂਗਰਸ ਦੀ ਅਗਾਂਹ ਵਾਧੂ ਪਾਲਸੀ ਨੂੰ ਗੁਰਦਾਸਪੁਰ ਦੀ ਜਨਤਾ ਨੇ ਵੋਟ ਪਾਈ ਹੈ, ਜਿਸ ਲਈ ਉਹ ਲੋਕਾਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਨ। ਜਾਖੜ ਨੇ ਕਿਹਾ ਕਿ ਕਾਂਗਰਸ ਲੋਕਾਂ ਨਾਲ ਕੀਤਾ ਗਿਆ ਇੱਕ ਇੱਕ ਵਾਅਦਾ ਪੂਰਾ ਕਰੇਗੀ। ਉਹਨਾਂ ਨੇ ਕਿਹਾ ਕਿ 6 ਮਹੀਨੇ ਪਹਿਲਾਂ ਵਿਧਾਨ ਸਭਾ ਚੋਣਾਂ ਦੌਰਾਨ ਜਨਤਾ ਵੱਲੋਂ ਕਾਂਗਰਸ 'ਤੇ ਦਿਖਾਇਆ ਗਿਆ ਭਰੋਸਾ ਹੁਣ ਤੱਕ ਬਰਕਰਾਰ ਹੈ, ਇਸ ਲਈ ਉਹ ਲੋਕਾਂ ਦਾ ਧੰਨਵਾਦ ਕਰਦੇ ਹਨ। ਗੁਰਦਾਸਪੁਰ ਕੇ ਲੋਕੋਂ ਕੀ ਜੀਤ ਹੈ ਯੇ, ਮੈਂ ਉਨਕੋ ਬਧਾਈ ਵੀ ਦੇਤਾ ਹੂੰ ਔਰ ਉਨਕਾ ਧੰਨਵਾਦ ਵੀ ਕਰਤਾ ਹੂੰ। ਔਰ ਲੋਕੋਂ ਨੇ ਯੇ ਵੋਟ ਡਾਲਾ ਹੈ ਕੈਪਟਨ ਅਮਰਿੰਦਰ ਸਿੰਘ ਕੇ ਨੇਤ੍ਰਿਤਵ ਕੋ, ਯੇ ਵੋਟ ਉਨ੍ਹੋਂ ਨੇ ਡਾਲਾ ਹੈ ਕਾਂਗਰਸ ਪਾਰਟੀ ਕੀ ਪੰਜਾਬ ਕੇ ਪ੍ਰਤੀ ਵਿਕਾਸ ਕੋ ਲੈ ਕੇ ਜੋ ਨੀਤੀਆਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਿਛਲੇ 6 ਮਹੀਨੇ ਮੇਂ ਲਾਗੂ ਕੀ ਹੈ, ਚਾਹੇ ਉਹ ਕਿਸਾਨੋਂ ਕੋ ਲੈ ਕੇ, ਚਾਹੇ ਉਹ ਗਰੀਬੋਂ ਕੋ ਲੈ ਕੇ, ਚਾਹੇ ਵਪਾਰੀਓਂ ਕੋ ਲੈ ਕੇ, ਉਸਕੇ ਉੱਪਰ 6 ਮਹੀਨੇ ਕੇ ਬਾਅਦ ਲੋਕੋਂ ਨੇ ਫਿਰ ਸੇ ਮੋਹਰ ਲਗਾਇਆ ਹੈ। ਔਰ ਜਹਾਂ ਪੇ ਉਨ੍ਹੋਂਨੇ ਵਿਰੋਧੀਓਂ ਕਾ ਯਹਾਂ ਪੇ ਪੰਜਾਬ ਲੈਵਲ ਪੇ ਅਕਾਲੀ ਦਲ ਔਰ ਬੀਜੇਪੀ ਔਰ ਆਮ ਆਦਮੀ ਪਾਰਟੀ ਕੋ ਗੁਮਰਾਹ ਕੁਨ ਜੋ ਬਾਤੇਂ ਉਨ੍ਹੋਂ ਨੇ ਕੀ, ਉਨਕੇ ਚਿਹਰੇ ਪੇ ਏਕ ਉਨ੍ਹੋਂ ਨੇ ਆਪਣਾ ਚਾਂਟਾ ਰਸੀਦ ਕੀਆ ਹੈ, ਵਹੀਂ ਪੇ ਏਕ ਗੁੱਸੇ ਕਾ ਸੰਦੇਸ਼ ਲੋਕੋਂ ਨੇ ਭੇਜਿਆ ਹੈ। NDA ਸਰਕਾਰ ਮੋਦੀ ਸਾਹਿਬ ਕੇ ਨੇਤ੍ਰਿਤਵ ਮੇਂ ਜੋ ਦੇਸ਼ ਕਾ ਅਰਥਵਿਵਸਥਾ ਕਾ ਬੇੜਾ ਗਰਕ ਕਰ ਰਹੇ ਹੈ, ਚਾਹੇ ਉਹ ਨੋਟਬੰਦੀ ਹੈ, ਚਾਹੇ ਉਹ GST ਹੈ, ਉਸਕੇ ਪ੍ਰਤੀ ਲੋਕੋਂ ਨੇ ਆਪਣੇ ਗੁੱਸੇ ਕਾ ਰੋਸ਼ ਕਾ ਪ੍ਰਗਟਾਵਾ ਕੀਆ ਹੈ। ਹਿੰਦੁਸਤਾਨ ਮੇਂ ਗੂੰਜੇਗੀ ਜੈਸੇ ਡਾਕਟਰ ਡੈਂਗ ਕਾ ਥੱਪੜ ਥਾ ਨਾ, ਉਸ ਤਰ੍ਹਾਂ ਕਾ ਥੱਪੜ ਪੜਾ ਹੈ ਯੇ, ਕਿਉਂਕਿ ਜਬ ਆਦਮੀ 2 ਲੱਖ ਸੇ ਹਾਰਤਾ ਹੈ, ਸ਼ਰਮਸਾਰ ਹੋਤਾ ਹੈ, ਤੋ ਕੁਛ ਕਹਿਨੇ ਸੁਣਨੇ ਕੇ ਲੀਏ ਰਹਿ ਨਹੀਂ ਜਾਤਾ ਔਰ ਲੋਕ ਫੈਸਲਾ ਕਰਤੇ ਹੈ। ਆਵਾਜ਼ ਖਲਕ ਨਗਾੜਾ ਹੈ ਖੁਦਾ, ਜਨਤਾ ਕੀ ਆਵਾਜ਼ ਮੇਂ ਪਰਮਾਤਮਾ ਕੀ ਆਵਾਜ਼। ਕੈਪਟਨ ਸਾਹਿਬ 6 ਮਹੀਨੇ ਪਹਿਲੇ ਆਏ ਥੇ, ਤਬ ਵੀ ਹਮਨੇ ਲਾਲ ਰਿਬਨ ਲਗਾ ਕੇ ਗਿਫਟ ਭੇਜਾ ਥਾ, ਆਜ ਤੋ ਹਮਨੇ ਦੀਵਾਲੀ ਕੇ ਪਹਿਲੇ ਹੀ ਪਟਾਕੇ ਫੋੜ ਦੀਏ ਹੈ ਔਰ ਯੇ ਪਟਾਕੇ ਇਤਨੀ ਜ਼ੋਰ ਜ਼ੋਰ ਸੇ ਫੂਟ ਰਹੇ ਹੈ ਕਿ ਆਪ ਬਿਆਨ ਨਹੀਂ ਕਰ ਸਕਤੇ ਆਪਕੋ, ਔਰ ਇਸਕੀ ਖੁਸ਼ੀ, ਇਸ ਗਿਫਟ ਕੀ ਖੁਸ਼ੀ ਹਮ ਆਪਣੇ ਹੋਣੇ ਵਾਲੇ ਪ੍ਰਧਾਨ ਸਾਹਿਬ ਰਾਹੁਲ ਜੀ ਕੋ ਭੇਜ ਰਹੇ ਹੈ। ਗੁਰਦਾਸਪੁਰ ਤੋਂ ਰਿਸ਼ਪਾਲ ਬਿੱਟੂ ਦੀ ਰਿਪੋਰਟ, ਚੈਨਲ 2।